ਅਸਲਾਮ ਵਾਲੇਕਮ ਲੋ ਜੀ, ਤੁਸੀਂ ਦੇਖ ਪੰਜਾਬੀ ਚੈਨਲ, ਤੁਹਾਡੇ ਸਾਰਿਆਂ ਦਾ ਲਾਈਕ ਮੈਂ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਅਗਰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ। ਇਸ ਤੋਂ ਪਹਿਲਾਂ ਕਿ ਤੁਹਾਨੂੰ ਵੀ ਖੁਸ਼ ਰਹਿਣ ਦੇ ਹਵਾਲੇ ਕਰ ਦਿੱਤਾ ਜਾਏ, ਹਾਂ, ਅਤੇ ਉਹ ਢੋਲਕੀ ਵਜਾਉਣ ਦੀ ਤੁਸੀਂ ਵੀ ਨਾਲ ਨੱਚਣਾ ਸ਼ੁਰੂ ਕਰਦੇ ਹੋ, ਕਿਉਂਕਿ ਅੱਜ ਕੱਲ੍ਹ ਹਰ ਤਰਫ ਇਹੀ ਹੋ ਰਿਹਾ, ਪੂਰਾ ਸੋਸ਼ਲ ਮੀਡੀਆ ਨੱਚਣ ਡਿਆ। ਹਾਂਜੀ, ਢੋਲਕੀ ਵਜਾ ਵਜਾ ਕੇ ਪਿੱਟਣ ਡਿਆ, ਕਿਆ ਕੀ ਕੀਤਾ ਤੁਸੀਂ? ਹਾਂ, ਇਹਨਾਂ ਨੇ ਕੀਤਾ ਸੀ ਕੰਮ ਕਿ ਬਈ ਇਹ ਖੁਸਰੇ ਚਾਰ ਬੁਲਾ ਕੇ, ਹਾਂ, ਮਾਰ ਮੂਰ ਪਵਾ ਦਿਆਂਗੇ, ਲੋਕ ਡਰ ਜਾਣਗੇ, ਖੌਫ ਹੋ ਜਾਏਗਾ ਕਿ ਉਸਤਾਦ, ਹਾਂ, ਇਹ ਤਾਂ ਬੜੇ ਕਾਰੀ ਪ੍ਰੋਗਰਾਮ ਦੇ ਖੁਸਰੇ ਭੇਜ ਕੇ ਪਟਵਾ ਦਿੰਦੇ ਨੇ। ਹਾਂਜੀ, ਲੇਕਿਨ ਹੋਇਆ ਕਿ ਉਲਟਾ ਹਿਸਾਬ ਹੋ ਗਿਆ, ਸੋਸ਼ਲ ਮੀਡੀਆ ਇਹਨਾਂ ਦੀ ਉਹ ਢੋਲਕੀ ਵਜਾ ਰਿਹਾ, ਬਲਕਿ ਹਰ ਬੰਦਾ ਹੀ ਵਜਾ ਰਿਹਾ। ਇਵੇਂ ਤਾਂ ਉਹ ਰਾਣਾ ਸੁਣਾਉਣ ਲਾ ਜਿਹੜਾ ਉਹ ਵੱਡੀਆਂ ਮੁੱਛਾਂ ਦਾ ਬਾਂਦਰ ਹੈ, ਹਾਂਜੀ, ਉਹਨੇ ਵੀ ਕਹਿ ਦਿੱਤਾ ਜੇ ਉਹ ਨੌਬਤ ਖੁਸਰਿਆਂ ਦੀ ਘਰ ਆ ਗਈ ਹੈ ਤਾਂ ਜਾ ਕੇ ਪੈਰ ਫੜ ਲਓ ਨਿਆਜ਼ੀ ਦੇ। ਆਹੋ ਯਾਰ, ਇੰਨੀ ਜ਼ਲਾਲਤ ਅੱਲਾ ਦੀ ਕਿਸਮੇ ਸ਼ਾਇਦ ਕਿਸੇ ਤਰੀਕ ਚ ਨਾ ਹੋਈ ਹੋਏ, ਜਿੰਨੀ ਇਹਨਾਂ ਦੀ ਹੋ ਰਹੀ ਹੈ ਖੁਸਰਿਆਂ ਦੀ, ਜਾਲੀ ਖੁਸਰਿਆਂ ਦੀ, ਜਾਲੀ ਖੁਸਰੇ। ਕੱਲ੍ਹ ਤੁਹਾਨੂੰ ਪਤਾ ਗੱਲ ਹੋਈ ਕਿ ਖੁਸਰੇ ਜਿਹੜੇ ਵੀ ਸੇਫ ਸਾਈਡਾਂ ਨਿਕਲ ਕੇ ਬਾਹਰ ਆਏ, ਉਹ ਕਹਿੰਦੇ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ, ਹਾਂ, ਸਾਨੂੰ ਸ਼ਕਲਾਂ ਪਛਾਣ, ਇਹਨਾਂ ਨੂੰ ਅਸੀਂ ਜਾਣਦੇ ਨਹੀਂ, ਹਾਂ, ਥੱਲੇ ਜੀਨਾਂ ਪਾਈਆਂ ਇਹਨਾਂ ਨੇ, ਬੂਟ ਪਾਏ ਨੇ, ਹਾਂ, ਉੱਤੇ ਅੰਮੀ ਦੀ ਕਮੀਜ਼ ਪਾ ਕੇ ਆ ਗਏ, ਹਾਂ, ਕੋਈ ਖਾਲਾ ਦੀ ਚਾਦਰ ਲੈ ਕੇ ਆ ਗਿਆ, ਹਾਂ, ਲੇਡੀਜ਼ ਸੂਟ ਲੈ ਕੇ ਆ ਗਏ, ਪਤਨੀ 800 ਵਾਲੇ ਜਿਹੜੇ ਨੇ, ਪਤਨੀ ਲਾਡੂ ਦਾ ਹੀ ਸੂਟ ਪਾ ਕੇ ਆਇਆ। ਇੱਕ ਬੰਦੇ ਤਾਂ ਸ਼ੁਭਾ ਕੀਤਾ ਜਾ ਰਿਹਾ ਕਿ ਉਹਦਾ ਮੂੰਹ ਵੱਡਾ ਨਜ਼ਰ ਆ ਰਿਹਾ, ਅਤੇ ਲੋਕ ਕਹਿ ਰਹੇ ਨੇ ਕਿ ਉਹੀ ਹੈ, ਹਾਂਜੀ, ਕੁਛ ਕਹਿ ਰਹੇ ਨੇ ਕਿ ਨਹੀਂ ਉਹਦੇ ਵਰਗਾ ਹੈ, ਉਹ ਕਹਿ ਰਹੇ ਨੇ, ਕੁਛ ਕਹਿ ਰਹੇ ਨੇ ਕਿ ਯਾਰ ਉਹਦੇ ਵਰਗਾ ਹੈ ਕਿ ਨਹੀਂ ਹੈ, ਹਾਂ, ਪਾਰਟੀ ਹੋਈ ਹੈ ਇਹਨਾਂ ਦੀ, ਖੁਸਰਾ ਪਾਰਟੀ, ਹਾਂਜੀ, ਉਹ ਕੱਲ੍ਹ ਗੱਲਾਂ ਹੋਈਆਂ ਕਿ ਜੀ ਜਾਲੀ ਖੁਸਰੇ ਨੇ, ਹਾਂ, ਇਹ ਪਾਪੂ ਕੇ ਆ ਗਏ ਨੇ, ਅਤੇ ਅੱਜ ਉਹਨਾਂ ਨੇ ਕੀਤਾ, ਉਹਨਾਂ ਨੂੰ ਇਸ ਗੱਲ 'ਤੇ ਵੀ ਗੁੱਸਾ ਲੱਗਿਆ ਕਿ ਵੀ ਸਾਨੂੰ ਜਾਲੀ ਕਰਕੇ ਗਿਆ, ਹਾਂ, ਉਹ ਕਹਿੰਦੇ ਸੀ ਅਸਲੀ ਤਾਂ ਨਸਲੀ ਖੁਸਰੇ ਹਾਂ, ਸਾਨੂੰ ਨਾ ਕਹੋ ਕਿ ਜਾਲੀ ਹੈ, ਅੱਜ ਉਹਨਾਂ ਨੇ ਅਸਲੀ ਖੁਸਰੇ ਉਤਾਰ ਦਿੱਤੇ, ਅੱਜ ਬੜਾ ਵੱਡਾ ਕਿਸਮ ਦਾ ਜਿਹੜਾ ਨਾ ਉਹ ਪਰੇਡ ਹੋਈ ਹੈ ਖੁਸਰਿਆਂ ਦੀ, ਹਾਂਜੀ, ਪਾਰਟੀ ਵੀ ਹੋਈ ਹੈ, ਕਿਤੇ ਪਾਰਟੀ ਹੋ ਰਹੀ ਹੈ, ਕਿਤੇ ਪਰੇਡ ਹੋ ਰਹੀ ਹੈ, ਉਹਨਾਂ ਨੇ ਆਪ ਜਨਾਬ ਖੁਸਰਿਆਂ ਮੈਦਾਨ 'ਚ ਉਤਾਰੇ ਨੇ ਆਪਣੇ ਹੱਕ ਦੇ ਵਿੱਚ, ਜ਼ਿੰਦਾਬਾਦ ਵਾਲੇ ਜ਼ਿੰਦਾਬਾਦ ਵਾਲੇ ਨਾਰੇ ਲਗਾ ਰਹੇ। ਲੇਕਿਨ ਤੁਹਾਨੂੰ ਪਤਾ ਕਿ ਉਹ ਸੋਸ਼ਲ ਮੀਡੀਆ 'ਤੇ ਜੋ ਕੁਛ ਹੋ ਰਿਹਾ, ਲਾਜ਼ਮੀ ਗੱਲ ਰਿਪੋਰਟ ਕਰਨਾ ਪੈਂਦਾ, ਭਾਈ, ਮੇਰੀ ਮਜਬੂਰੀ ਹੈ, ਹਾਂ, ਲੋਕਾਂ ਨੂੰ ਪਤਾ ਹੋਵੇ ਕਿ ਵੀ ਇਹ ਸੋਸ਼ਲ ਮੀਡੀਆ 'ਤੇ ਕੀ ਹੋ ਰਿਹਾ, ਹਾਂ, ਟਵਿੱਟਰ ਐਕਸ ਜਿਹੜਾ ਪਾਕਿਸਤਾਨ 'ਚ ਬੰਦ ਕੀਤਾ, ਉੱਥੇ ਕੀ ਹੋ ਰਿਹਾ, ਦਿਖਾਉਣਾ ਜ਼ਰੂਰੀ ਹੈ, ਹਾਂਜੀ, ਇਹ ਦੇਖੋ ਉਹਨਾਂ ਨੇ ਕੀ ਕਰਤੂਤ ਕੀਤੇ ਨੇ, ਕਰਤੂਤ, ਮੈਂ ਮਤਲਬ ਕਿ ਉਹਨਾਂ ਨੇ ਕੀ ਢੋਲਕੀ ਵਜਾਈ ਹੈ ਸੋਸ਼ਲ ਮੀਡੀਆ ਵਾਲਿਆਂ ਨੇ, ਇਹ ਚੈੱਕ ਕਰੋ ਜ਼ਰਾ। ਇਨਕੀ ਮੁਨਜ਼ਮ ਮਾਰਚ ਜ਼ਮੀਨ ਖਰਰਾ ਉੱਠੀ ਹੈ ਇਨ ਗਾਜ਼ੀਓਂ ਕੇ ਕਦਮੋਂ ਕੀ ਗਰਜ ਸੇ ਪਰਚਮੇ ਵਤਨ ਕੇ ਪਾਸ ਪਾ ਜੁਰਤ ਓ ਬਹਾਦਰੀ ਕੇ ਨਿਸ਼ਾਨ ਜਿੱਤੀ ਜ਼ਿੰਦਗੀ ਔਰ ਉਸ ਜ਼ਿੰਦਗੀ ਮੇ ਇੱਕ ਇੱਕ ਲੰਬਾ ਚੈਲੰਜ ਹਾਂਜੀ ਲੱਗ ਰਹੀ ਹੈ ਸਮਝ ਦੇ ਰਹੇ ਕੀ ਹੋ ਰਿਹਾ ਮੈਂ ਭਰਪੂਰ ਮੁਜ਼ੰਮਤ ਕਰਦਾ ਜੋ ਕੁਛ ਹੋ ਰਿਹਾ ਹਾਂ ਅਤੇ ਜੋ ਕੁਛ ਹੈ ਨਾ ਖੁਸਰਿਆਂ ਨੇ ਕੀਤਾ ਜਾਲੀ ਖੁਸਰਿਆਂ ਨੇ ਉਹਦੀ ਵੀ ਮੈਂ ਮੁਜ਼ੰਮਤ ਕਰਦਾ ਵਾਂ ਐ ਨਹੀਂ ਹੋਣਾ ਚਾਹੀਦਾ ਯਾਰ ਇਹ ਜ਼ਿਆਦਤੀ ਹੈ ਯਾਰ ਉਹ ਹੋਰ ਹੀ ਲੈਵਲ 'ਤੇ ਲੈ ਗਏ ਉਹ ਯਾਰ ਕੋਈ ਖੁਦਾ ਦਾ ਨਾਮ ਲਵੋ ਹਾਂ ਮਾਫ਼ੀ ਮੰਗੋ ਜਾ ਕੇ ਡਿਆਲਾ 'ਚ ਨਿਆਜ਼ੀ ਬੈਠਾ ਉੱਥੇ ਮਾਫ਼ ਕਰ ਦੇਗਾ ਬੜਾ ਵੱਡਾ ਦਿਲ ਹੈ ਉਹਦਾ ਹਾਂ ਇਹ ਖੁਸਰਿਆਂ ਤਾਂ ਜਾਨ ਛੁੱਟ ਜਾਏਗੀ ਤੁਹਾਡੀ ਖੁਸਰੇ ਬਣੇ ਹੋ ਕਦੀ ਕੋਈ ਬਣੇ ਹੋ ਉਹ ਕਦ ਦੋ ਹੁੰਦੇ ਸੀ ਬਾਬਾ ਜੀ ਫਰਮਾਉਂਦੇ ਨੇ ਕਿ ਉਹ ਹਰ ਐਰਾ ਗਾਰਾ ਨੱਥੂ ਗਾਰਾ ਨਸ਼ਈ ਜਿਹੜਾ ਬੈਠਾ ਹੁੰਦਾ ਸੀ ਆ ਉਹਨੂੰ ਦੇਖ ਕੇ ਕਹੀਦਾ ਸੀ ਵੇਖਿਆ ਹੀ ਫਿਰ ਮਾਰ ਫੋਰ ਬੈਠਾ ਹਾਂ ਇਹ ਵੀ ਖੁਸ਼ ਹੋਈ ਜਾਈਦਾ ਸੀ ਉਹ ਬੱਲੇ 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 ਬੱਲੇ
ਵੀਡੀਓ ਬਣਾ। ਉਹ ਸੱਚੀ ਮੁੱਚੀ ਦਾ ਚਰਸੀ ਜਹਾਜ਼ ਹੁੰਦਾ ਸੀ ਗਈ, ਇਹ ਵੀ ਬਣਾ ਕੇ ਇਹਨੇ ਪੇਸ਼ ਕਰ ਦੇਣਾ। ਹਾਂ ਲੇਕਿਨ ਹੁਣ ਦੌਰ ਚੇਂਜ ਹੋ ਗਿਆ। ਹਾਂ ਅੱਜ ਕੱਲ੍ਹ ਜਿਹੜਾ ਨਾ ਉਹ ਸ਼ਿਫਟ ਹੋ ਗਿਆ, ਕੰਮ ਅਪਡੇਟ ਹੋ ਗਿਆ ਸਮਾਰਟਫੋਨ। ਹਾਂ ਅੱਜ ਕੱਲ੍ਹ ਇਹ ਹਿਸਾਬ ਹੋ ਰਿਹਾ। ਹਾਂਜੀ ਉਹ ਇੱਧਰ ਦੇਖ ਕੇ ਕਹਿੰਦੇ ਨੇ ਵੇਖੇ ਹੀ ਮੇਰੇ ਯਾਰ, ਏਡਾ ਹੀ ਏਡਾ ਤਵਾ ਨਾ ਲਾ ਯਾਰ ਤੁਸੀਂ। ਹਾਂ ਬਸ ਕਰੋ ਯਾਰ, ਗਲਤੀ ਹੋ ਜਾਂਦੀ ਹੈ। ਹਾਂ ਕੋਈ ਗੱਲ ਨਹੀਂ, ਛੱਡਦੇ ਹੋ ਇਹ ਨਹੀਂ ਛੱਡਣ ਡੇ। ਹਾਂ ਇਹਨਾਂ ਨੇ ਬੇੜਾ ਗਰਕ ਕਰਕੇ ਰੱਖੇ ਨੇ ਸੋਸ਼ਲ ਮੀਡੀਆ ਵਾਲਿਆਂ ਨੇ, ਇਹਦੀ ਮੈਂ ਮੁਜ਼ੰਮਤ ਕਰਦਾ, ਬਹੁਤ ਮੁਜ਼ੰਮਤ ਹੈ ਇਹਦੀ, ਇਹ ਨਹੀਂ ਹੋਣਾ ਚਾਹੀਦਾ। ਹਾਂਜੀ ਹਰ ਤਰਫ ਖੁਸਰਾ ਖੁਸਰਾ ਹੋਈ ਪਈ ਹੈ, ਕੋਈ ਕਿਤੇ ਪਾਰਟੀ ਕਰ ਰਿਹਾ, ਕੋਈ ਕਿਤੇ ਨੱਚ ਰਿਹਾ, ਕੋਈ ਕਿਤੇ ਕਹਿ ਰਿਹਾ ਕਿ ਬੜੀ ਅਹਿਮ ਮੀਟਿੰਗ ਹੋ ਰਹੀ ਹੈ ਪਿੰਡੀ 'ਚ। ਹਾਂ ਮੀਟਿੰਗ ਦੀਆਂ ਤਸਵੀਰਾਂ ਵੀਡੀਓ ਇਹੋ ਜਿਹੀਆਂ ਚੀਜ਼ਾਂ ਸ਼ੇਅਰ ਕਰ ਰਹੇ ਨੇ ਯਾਰ, ਗਲਤ ਗੱਲ ਹੈ ਇਹਦੀ ਭਰਪੂਰ ਮੁਜ਼ੰਮਤ। ਹਾਂ ਇਹ ਨਹੀਂ ਕਰਨਾ ਚਾਹੀਦਾ, ਬਸ ਕਰੋ ਯਾਰ, ਤੁਹਾਡੀ ਮਿਹਰਬਾਨੀ ਹੈ। ਤੁਸੀਂ ਕੀ ਚਾਹੁੰਦੇ ਹੋ, ਉਹਨਾਂ ਢੋਲਕੀਆਂ ਲੈ ਕੇ ਬਾਹਰ ਆ ਜਾਣ ਤੁਹਾਨੂੰ ਰਾਜ਼ੀ ਕਰਨ ਵਾਸਤੇ। ਹਾਂ ਖੈਰ ਕੋਈ ਬੰਦਾ ਕਹਿ ਰਿਹਾ ਜੀ ਕਿ ਦੇਖੋ ਜੀ ਜਿੱਥੇ ਵੀ ਹੁਣ ਖੁਸਰਾ ਦੇਖੋ, ਹਾਂ ਅਤੇ ਧਿਆਨ ਕਰੋ ਕਿਉਂਕਿ ਉਹ ਖੁਸਰਾ ਜਾਂ ਤਾਂ ਨੱਚਣ ਵਾਲਾ ਹੋਏਗਾ ਜਾਂ ਕੁੱਟਣ ਵਾਲਾ ਹੋਏਗਾ। ਜੇ ਤਾਂ ਨੱਚਣ ਵਾਲਾ ਫਿਰ ਠੀਕ ਹੈ, ਜੇ ਕੁੱਟਣ ਵਾਲਾ ਤਾਂ ਦੌੜ ਜਾਓ ਫਿਰ ਨਾ ਖਲੋਵੋ ਉੱਥੇ। ਹਾਂ ਨਹੀਂ ਜੇ ਤੁਸੀਂ ਉੱਥੇ ਖਲੋਤੇ ਰਹੇ ਤਾਂ ਉਹਨੇ ਫਿਰ ਤੁਹਾਡੀ ਢੋਲਕੀ ਵਜਾ ਦੇਣੀ ਹੈ। ਹਾਂ ਫਿਰ ਨਾ ਦੱਸਿਆ ਨਹੀਂ ਤੋ ਜੀ, ਇੱਕ ਤਾਂ ਚੱਲ ਰਿਹਾ ਸਾਰਾ ਸਿਸਟਮ। ਦੂਜੀ ਗੱਲ ਹੈ ਕਿ ਮਾਈ ਜਨਾਬ ਗਈ ਹੈ ਮਿਲਣ ਵਾਸਤੇ ਦੂਜੀ ਮਾਈ ਨੂੰ, ਮਾਈ ਆਪਣੀ ਇੱਕ ਮਾਈ ਨਾਲ ਮਿਲਣ ਗਈ ਹੈ ਪੁਰਾਣੀ ਕਲਾਸ ਫੈਲਾਂ ਨਾਲ। ਹਾਂ ਦੇਖੋ ਜਰਾ ਕੀ ਗੱਲ ਹੋ ਰਹੀ ਹੈ। ਠੀਕ ਹੋ ਤੁਸੀਂ? ਮੇਰੇ ਇੰਤਜ਼ਾਰ ਵਿੱਚ ਬੈਠੇ ਹੋ? ਦੇਖੋ ਮੈਂ ਲੋਰਨ ਮਿਲਣ, ਲੋਰੋ ਮਿਲਣ ਆਈ ਹਾਂ ਤੁਹਾਨੂੰ, ਬੜੇ ਅੱਛੇ ਕੱਪੜੇ ਪਹਿਨੇ ਹੋਏ ਹੁੰਦਾ ਹੈ ਟ੍ਰਾਂਸਲੇਟ ਕਰ ਦਿੰਦਾ ਵਾ ਜਰਾ ਆਸਾਨ ਅਲਫਾਜ਼ ਦੇ ਵਿੱਚ। ਉਹ ਮਾਈ ਕਹਿੰਦੇ ਹਾਂ ਇਹਦੀ ਕੀ ਹਾਲ ਹੈ, ਕਿੱਥੇ ਰਹੀ ਹੈ, ਕੀ ਹੋਇਆ, ਠੀਕ ਠਾਕ? ਉਹ ਕਹਿਣ ਲੱਗੀ ਕਿ ਬਿਸਮਿਲਾ ਕਰਾਂ, ਮੈਂ ਤੈਨੂੰ ਪਛਾਣਿਆ ਨਹੀਂ। ਹਾਂ ਉਹ ਕਹਿਣ ਲੱਗੀ ਤੂੰ ਮੈਨੂੰ ਨਹੀਂ ਜਾਣਦੀ? ਹਾਂ ਵੱਡੀ ਮਾਈ, ਮਾਈ ਤੰਦੂਰ ਵਾਲੀ, ਮਾਈ ਜਿੰਨ ਵਾਲੀ ਟਿੱਕੀਆਂ ਵਾਲੀ, ਮਾਈ ਕਤਰੀ ਕਬਾਬਾਂ ਵਾਲੀ, ਮਾਈ ਗਰਮ ਤੰਦੂਰ ਵਾਲੀ, ਟਰੱਕਾਂ ਵਾਲੀ, ਹਾਂਜੀ ਨਾਂ ਬਹੁਤ ਸਾਰੇ ਨੇ, ਮਾਈ ਗਲਾਸੀ ਵਾਲੀ ਅਤੇ ਮਾਈ ਗੰਦੀਆਂ ਫਿਲਮਾਂ ਵਾਲੀ ਅਤੇ ਆ ਕੇ ਐਂਡ ਹੁੰਦਾ। ਹਾਂਜੀ ਇਸ ਤੋਂ ਅੱਗੇ ਵੀ ਰੀਲ ਚੱਲ ਸਕਦੀ ਹੈ ਲੇਕਿਨ ਇੰਨੀ ਕੁ ਬੜੀ ਹੈ। ਹਾਂ ਉਹ ਮਾਈ ਕਹਿਣ ਲੱਗੀ ਹਾਏ ਤੂੰ ਮੈਨੂੰ ਪਛਾਣਿਆ ਨਹੀਂ? ਉਹ ਮਾਈ ਕਹਿਣ ਲੱਗੀ ਨਹੀਂ ਹਾਏ ਮੈਂ ਤਾਂ ਪਛਾਣਿਆ ਨਹੀਂ, ਮੈਂ ਤਾਂ ਸੁਣਿਆ ਕਿ ਆ ਰਹੀ ਹੈ ਅਤੇ ਮੈਂ ਇੰਤਜ਼ਾਰ ਕਰ ਰਹੀ ਹਾਂ। ਅਤੇ ਉਹ ਮਾਈ ਕਹਿੰਦੀ ਆਪਾਂ ਦੋਵੇਂ ਸਹੇਲੀਆਂ ਸਾਂ, ਹਾਂ ਇਕੱਠੀਆਂ ਜਾਂਦੇ ਸਾਂ ਬਾਹਰ ਖੇਡਣ, ਭੁੱਲ ਗਈ ਹੈ? ਉਹ ਕਹਿੰਦੀ ਮੇਰੀਆਂ ਅੱਖਾਂ ਵੀ ਕੰਮ ਕਰਦੀਆਂ ਸਹੀ, ਮੇਰੇ ਤਾਂ ਨਹੀਂ ਪਛਾਣ ਹੁੰਦਾ। ਹਾਂ ਫਿਰ ਉਹ ਮਾਈ ਨੇ ਦੱਸਿਆ, ਮਾਈ ਤੰਦੂਰ ਵਾਲੀ ਨੇ, ਕਿ ਮੈਂ ਉਹੀ ਉਹ ਮੀਮੋ ਸਾਈਕਲ, ਉਹਨੇ ਤਾਂ ਪਛਾਣਿਆ ਨਹੀਂ ਸਾਈਕਲ, ਨਹੀਂ ਮੀਮੋ ਸਾਈਕਲ ਤੂੰ ਕਿੱਥੇ? ਉਹ ਕਹਿੰਦੀ ਮੈਂ ਵਜ਼ੀਰੇਆਲਾ ਲੱਗ ਗਈ ਹਾਂ, ਫਾਰਮ 43 ਅਤੇ ਸਪੈਸ਼ਲ ਵਜ਼ੀਰੇਆਲਾ ਲੱਗੀ ਪਈ ਹਾਂ ਮੈਂ। ਹਾਂ ਉਹ ਮਾਈ ਦੇਖ ਕੇ ਬੜੀ ਖੁਸ਼ ਹੋਈ। ਉਹ ਮਾਈ ਕਹਿੰਦੀ ਕਿ ਮੇਰਾ ਤਾਂ ਬੇੜੇ ਗਰਕ ਹੋਏ ਪਏ ਨੇ, ਇਸ ਉਮਰ ਚੜੀ ਜਾਂਦੇ ਨੇ, ਅਤੇ ਤੂੰ ਇੱਥੇ ਕਿਵੇਂ, ਮਤਲਬ ਤੂੰ ਤਾਂ ਲੱਗਦੀ ਨਹੀਂ। ਹਾਂ ਉਹ ਫਿਰ ਉਹਨੂੰ ਦੱਸਿਆ ਕਿ ਮਾਈ ਮੈਂ ਸਰਜਰੀਆਂ ਸੁਰਜਰੀਆਂ ਬਹੁਤ ਕਰਵਾਈਆਂ ਨੇ। ਹਾਂ ਤੂੰ ਉਹ ਦਿਨ ਯਾਦ ਕਰ ਜਿਵੇਂ ਆਪਾਂ ਦੋਵੇਂ ਜਾਂਦੇ ਹੁੰਦੇ ਸੀ ਤੰਦੂਰ 'ਤੇ
ਰੋਟੀਆਂ ਲੈਣ। ਹਾਂ ਤੇ ਪੈਸੇ ਆਪਣੇ ਕੋਲ ਹੁੰਦੇ ਕੋਈ ਨਹੀਂ ਸੀ, ਤੂੰ ਰੋਟੀਆਂ ਲੈ ਕੇ ਦੌੜ ਜਾਂਦੀ ਸਾਂ। ਹਾਂ ਤੇ ਮੈਨੂੰ ਫੜ ਲੈਂਦੇ ਸਾਂ। ਹਾਂ ਮਾਈ ਦੀ ਬਚਪਨ ਦੀ ਯਾਦ। ਉਹ ਫਿਰ ਮਾਈ ਕਹਿਣ ਲੱਗੀ, ਹਾਂ ਮੈਨੂੰ ਯਾਦ ਹੈ ਬਿਲਕੁਲ, ਤੈਨੂੰ ਫੜ ਲੈਂਦੇ ਸੀ, ਬਾਅਦ 'ਚ ਤੂੰ ਹੱਸਦੀ ਹੋਈ ਜਾਂਦੀ ਸੀ ਇੱਥੋਂ। ਉਹ ਕੀ ਕਰਦੇ ਸਨ ਇਹ ਤੂੰ ਦੱਸਿਆ ਨਹੀਂ, ਇਹ ਗੱਲਬਾਤ ਹੋ ਰਹੀ ਦੋਵਾਂ ਦੇ ਦਰਮਿਆਨ। ਹਾਂ ਉਹ ਫਿਰ ਕਹਿਣ ਲੱਗੀ ਮੇਰਾ ਕੀ ਕਰਨਾ ਉਹਨਾਂ ਨੇ, ਹਾਂ ਸਾਈਕਲ ਚਲਵਾਉਂਦੇ ਸਨ, ਰੋਟੀਆਂ ਡਿਲੀਵਰ ਕਰਵਾਉਂਦੇ ਸਨ ਕਿਸੇ ਦੇ ਘਰ ਕਦੀ ਕਿਸੇ ਦੇ ਘਰ। ਹਾਂ ਰੋਟੀਆਂ ਡਿਲੀਵਰ ਕਰਵਾਉਂਦੇ, ਫਿਰ ਭਾਂਡੇ ਵੀ ਧੁਆਉਂਦੇ ਸਨ। ਹਾਂ ਭਾਂਡੇ ਧੁਆ ਕੇ ਉਹ ਉਹਨੂੰ ਯਾਦ ਉਹੀ ਹੈ। ਹਾਂ ਉਹ ਜਿਹੜੀ ਗੱਲ ਕਰਦੀਆਂ ਨਾ ਉਹ ਕਿ ਜੇਲ੍ਹ 'ਚ ਚੱਕੀ ਜੇਲ੍ਹ ਦੇ ਵਿੱਚ ਮੈਂ ਜੋ ਕੁਛ ਭਾਂਡੇ ਧੋਂਦੀ ਰਹੀ ਹਾਂ, ਬਰਤਨ ਧੋਂਦੀ ਰਹੀ ਹਾਂ, ਇੰਝ ਕਰ ਉਹ ਸਾਰਾ ਕੁਛ ਉਹ ਉੱਥੇ ਕੀਤਾ ਨੇ ਬਚਪਨ ਦੇ, ਇਹਦੇ ਬਚਪਨ ਦੇ ਕੰਮ ਨੇ ਉਹ। ਤਾਂ ਮਾਈ ਨੇ ਕਿਹਾ ਕਿ ਅੱਛਾ ਬਈ ਠੀਕ ਹੋ ਗਿਆ, ਅਤੇ ਮਾਈ ਕਹਿੰਦੀ ਹੈ ਕਿ ਉਹ ਗੈਰੇਜ 'ਚ ਕੀ ਹੋਇਆ ਸੀ, ਅਤੇ ਮਾਈ ਕਹਿੰਦੀ ਜਿਹੜੀ ਤੰਦੂਰ ਵਾਲੀ ਹੈ ਉਹ ਕਹਿੰਦੀ ਉਹ ਤਾਂ ਬਹੁਤ ਦੇਰ ਦੀ ਗੱਲ ਹੈ, ਤੂੰ ਐ ਪੁੱਛ ਤੰਦੂਰ 'ਚ ਕੀ ਹੋਇਆ ਸੀ। ਲਿਆ ਡਾਲਾ।